ਕਹਿੰਦਾ ਕੋਈ ਬਿਜਲੀ ਦਾ ਬੇਲ ਆਇਆ ਦਿਲ ਤਸਲੀਮ ਕੀਤਾ ਸ਼ਬ ਹੋ ਗਿਆ ਅੱਗ ਬਾਲੀ ਆ ਤੇ ਸੇਕਣ ਦੇ ਰੱਬ ਤੈਨੂੰ ਹੁਸਨ ਦਿੱਤਾ ਸਾਨੂੰ ਅੱਜ ਪਾਕ ਸਮੁੰਦਰਾਂ ਦੇ ਇਹ ਕਹਿੰਦਾ ਸਾਥ ਤੇਰਾ ਦੋ ਦਿਨ ਦਾ ਮੇਣੇ ਸਾਰੀਆਂ ਉਮਰਾਂ ਦੇ ਪਾਣੀ ਪਾਕ ਸਮੁੰਦਰਾਂ ਦੇ ਸਾਥ ਤੇਰਾ ਦੋ ਦਿਨ ਦਾ ਮੇਣੇ ਸਾਰੀਆਂ ਭੈਣ ਭਾਈ ਉਮੀਦ ਕਰਦਾ ਕਿ ਸਾਰੇ ਖੈਰੋ ਖਰੀਅਤ ਸੇ ਹੋਗੇ ਅੱਲਾ ਪਾਕ ਆਪ ਲੋਕ ਕੋ ਖੈਰੋ ਖਰੀਅਤ ਸੇ ਰੱਖੇ ਅੱਲਾ ਪਾਕ ਸਿਹਤ ਦੇਵੇ ਤੰਦਰੁਸਤੀ ਦੇਵੇ ਹਮੇਸ਼ਾ ਅੱਲਾ ਪਾਕ ਰਹਿਮਤ ਦੇ ਸਾਇਆ ਤੇ ਰੱਖੇ ਔਰ ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਦਾ ਕਰਦੇ ਹਾਂ ਆਗਾਜ਼ ਤੇ ਅੱਜ ਦੀ ਵੀਡੀਓ ਦਾ ਆਗਾਜ਼ ਕਰਨ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਭੈਣ ਭਰਾਵਾਂ ਤੱਕ ਜਿਨ੍ਹਾਂ ਨੇ ਸੋ ਪਿਆ ਫੈਮਿਲੀ ਬਲੌਗ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਬੈਲ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਹਰ ਆਉਣੇ ਵਾਲੀ ਵੀਡੀਓ ਮੇਰੇ ਭੈਣ ਭਰਾਵਾਂ ਤੱਕ ਬਰ ਵਕਤ ਤੋਂ ਟਾਈਮ 'ਤੇ ਪਹੁੰਚਦੀ ਵੀਡੀਓ ਕੁਛ ਇਸ ਤਰ੍ਹਾਂ ਜਿਸ ਤਰ੍ਹਾਂ ਮੇਰੇ ਭੈਣ ਭਰਾ ਦੇਖ ਰਹੇ ਨੇ ਅਲਹਮਦੁਲਿਲਾ ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ ਅੱਲਾ ਪਾਕ ਖੈਰ ਕਰੇ ਕਰਮ ਕਰੇ ਮਦੀਨੇ ਵਾਲਾ ਸਤਿਕਾਰ ਅਹਿਮਦ ਦੀ ਰਹਿਮਤ ਦੇ ਸਾਏ ਕਰੇ ਔਰ ਹਰ ਮੁਸਲਮਾਨ ਅਤੇ ਹਰ ਭੈਣ ਭਰਾ ਅਤੇ ਹਰ ਦੋਸਤ ਤੋਂ ਅਸੀਂ ਅੱਜ ਸੁਬਹ ਸੁਬਹ ਦਾ ਟਾਈਮ ਆ ਨਿਕਲੇ ਹਾਂ ਬਾਹਰ ਸਰਦੀ ਵੀ ਬਹੁਤ ਜ਼ਿਆਦਾ ਦੇਖੋ ਚਾਦਰਾਂ ਮਿਲੀਆਂ ਬੂਟ ਜਰਾਬਾਂ ਕੱਸੇ ਭਾਵੇਂ ਲੰਡੇ ਦੇ ਪਾਏ ਹੈਗੇ ਅਲਹਮਦੁਲਿਲਾ ਢੱਕਿਆ ਜ਼ਰੂਰ ਆਪਣਾ ਜਿਸਮ ਸ਼ੁਕਰ ਦੀ ਜ਼ਾਤ ਦਾ ਅੱਲਾ ਪਾਕ ਦਿੰਦਾ ਹੀ ਆ ਅਸੀਂ ਆਏ ਹਾਂ ਅਤੇ ਇਹਨੂੰ ਕਹਿੰਦੇ ਆ ਜੀ ਸੱਠੀ ਮਾਸ਼ਾਅੱਲਾ ਫੁੱਲ ਸੀ ਬੜੇ ਸੋਹਣੇ ਸੋਹਣੇ ਲੱਗੇ ਅਤੇ ਮੈਂ ਕਿਹਾ ਅੱਜ ਆਪਣੇ ਬਲੌਗ ਇੱਥੇ ਤਿਆਰ ਕਰਦੇ ਹਾਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮਦੀਨੇ ਵਾਲਾ ਦੇ ਸਦਕੇ ਨਾਲ ਅੱਲਾ ਪਾਕ ਤੰਦਰੁਸਤੀ ਦੇਵੇ ਸਿਹਤ ਦੇਵੇ ਔਰ ਮੇਰੀ ਵੀਡੀਓ ਪੂਰੀ ਵਾਸ਼ ਕਰਿਆ ਕਰੋ ਵੀਡੀਓ ਆਪਣੀ ਸਟੈਪ ਨਾ ਕਰਿਆ ਕਰੋ ਅਲਹਮਦੁਲਿਲਾ ਬਾਕੀ ਕੋਈ ਜਿਵੇਂ ਮੇਰੇ ਅੱਲਾ ਨੂੰ ਰਜ਼ਾ ਉਹਨੂੰ ਮਰਜ਼ੂਰ ਆ ਉੱਦਾਂ ਹੀ ਹੋਣੀ ਆ ਕਰਨਾ ਕੰਮ ਮੇਰੇ ਮਾਲਕ ਗੱਡੀਆਂ ਵੀ ਲੰਘ ਗਈ ਆ ਚਲੋ ਕੋਈ ਗੱਲ ਨਹੀਂ ਜੀ 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 ਬਿਲਕੁਲ ਜਿਨ੍ਹਾਂ ਕੋਲ ਗੱਡੀਆਂ ਹੈਗੀਆਂ ਅਲਹਮਦੁਲਿਲਾ ਉਹ ਤਾਂ ਗੱਡੀਆਂ ਤੇ ਜਾਂਦੇ ਅਲਹਮਦੁਲਿਲਾ ਅੱਲਾ ਪਾਕ ਹਰ ਨੂੰ ਦੇਵੇ ਅੱਲਾ ਸਭ ਨੂੰ ਦੇਵੇ ਅੱਲਾ ਕੁੱਲ ਨੂੰ ਦੇਵੇ ਅੱਲਾ ਕੁੱਲ ਜੀ ਬਿਲਕੁਲ ਦੁਆ ਕਰਨੀ ਚਾਹੀਦੀ ਆ ਹਰ ਭੈਣ ਭਰਾ ਦੇ ਹਰ ਮੁਸਲਮਾਨ ਦੇ ਹੱਕ ਅੰਦਰ ਜੀ ਅੱਲਾ ਪਾਕ ਸਿਹਤ ਦੇਵੇ ਤੰਦਰੁਸਤੀ ਦੇਵੇ ਅੱਲਾ ਪਾਕ ਦੀਨੇ ਵਾਲੇ ਦਾ ਸਦਕਾ ਤੋਂ ਕੋਈ ਗੱਲ ਨਹੀਂ ਤੋਂ ਬਲੌਕ ਮੈਂ ਕਿਹਾ ਵੀ ਘਰ ਦੇ ਹੀ ਬਣਦੇ ਆ ਅਲਹਮਦੁਲਿਲਾ ਮੈਂ ਬਲੌਕ ਫਿਲਹਾਲ ਘਰ ਦੇ ਬੰਦ ਬਣਾਉਣੇ ਬੰਦ ਕੀਤੇ ਹੋਏ ਬਣਾਉਣੇ ਕਿਉਂਕਿ ਬਣਾਊਂਗਾ ਇੱਕ ਦਿਖਾਊਂਗਾ ਬਲੌਕ ਥੋੜ੍ਹੇ ਦਿਨਾਂ ਤੱਕ ਘਰ ਦਾ ਹੀ ਬਲੌਕ ਦਿਖਾਊਂਗਾ ਅਲਹਮਦੁਲਿਲਾ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਹਰ ਭੈਣ ਭਰਾ ਨੂੰ ਹਰ ਦੋਸਤ ਨੂੰ ਖੁਸ਼ੀਆਂ ਨਸੀਬ ਕਰੇ ਦਿਖਾਊਂਗਾ ਜਿਸ ਦਿਨ ਮੇਰੇ ਘਰ ਖੁਸ਼ੀ ਆ ਗਈ ਅਤੇ ਅੱਲਾ ਪਾਕ ਦਾ ਸ਼ੁਕਰ ਆ ਅਤੇ ਅੱਜ ਮੈਂ ਕਿਹਾ ਵੀ ਆ ਫੁੱਲ ਆ ਦੇਖੋ ਨਾ ਕਿਹੜੇ ਕਿਹੜੇ ਪਿਆਰੇ ਨੇ ਖੂਬਸੂਰਤ ਨੇ ਲੱਗੇ ਹੋਏ ਮੈਂ ਕਿਹਾ ਇੱਥੇ ਆਪਣਾ ਬਲੌਗ ਬਣਾ ਕੇ ਆਪਣੇ ਭੈਣ ਭਰਾ ਨੂੰ ਦਿਖਾਉਣਾ ਤਾਂ ਕੋਈ ਗੱਲ ਨਹੀਂ ਅੱਗੇ ਜੋ ਜੋ ਸੀਨ ਆਪਣੇ ਭੈਣ ਭਰਾ ਨੂੰ ਜ਼ਰੂਰ ਸ਼ੇਅਰ ਕਰਾਂ ਮਾਸ਼ਾਅੱਲਾ ਦੇ ਵਿੱਚ ਪਾਣੀ ਜਾ ਰਿਹਾ ਮਗਰ ਪਾਣੀ ਵਿੱਚ ਜ਼ਾਇਆ ਨਹੀਂ ਹੋ ਰਿਹਾ ਮਿਹਨਤ ਅੱਲਾ ਪਾਕ ਨੇ ਸਾਲ ਮਿਹਨਤ ਦਾ ਦਿੰਦਾ ਮਗਰ ਕੋਸ਼ਿਸ਼ ਜ਼ਿੰਮੀਦਾਰਾਂ ਨੇ ਕੀਤੀ ਖਾਲਾ ਗੌਰਮੈਂਟ ਨੇ ਦਿੱਤਾ ਦੇ ਕੇ ਅਤੇ ਇਹਨਾਂ ਦਾ ਪੱਕਾ ਖਾਲਾ ਬਣ ਗਿਆ ਇਹਦੀ ਟੈਨਸ਼ਨ ਕੋਈ ਅੱਗੇ ਭਾਵੇਂ ਨੱਕੇ ਲਾਈ ਰਾਤੀ ਮੇਰੀ ਪਾਣੀ ਦੀ ਵਾਰੀ ਸੀ 9:30 ਵਜੇ ਬੰਨਿਆ ਮੈਂ 11:30 ਵਜੇ ਪਾਣੀ ਦਿੱਤਾ ਮਗਰ ਹੱਥ ਪੈਰ ਜਿਸਮ ਕੰਮ ਛੱਡ ਗਿਆ ਸੀ ਅਤੇ ਫਿਰ ਅੱਗ ਬਾਲੀ ਆ ਕਹਿੰਦਾ ਨਾ ਅੱਗ ਬਾਲੀ ਆ ਅਤੇ ਸੇਕਣ ਦੇ ਰੱਬ ਤੈਨੂੰ ਹੁਸਨ ਦਿੱਤਾ ਸਾਨੂੰ ਰੱਜ ਕੇ ਤਾਂ ਵੇਖਣ ਦੇ ਤੋ ਅੱਗ ਉੱਗ ਬਾਲੀ ਹੱਥ ਸੇਕ ਕੇ ਪੈਰ ਪੁਰ ਸੇਕ ਕੇ ਅਤੇ ਘਰ ਆਏ ਕੁਛ ਚਾਹ ਚੂਹ ਪੀਤੀ ਹੈ ਪੀ ਗਰਜਾਈ 'ਚ ਵੜ ਗਏ ਅਲਹਮਦੁਲਿਲਾ ਅਤੇ ਮੈਂ ਕਹਿਣ ਦਾ ਮਕਸਦ ਕਿ ਆਪਣੇ ਭੈਣ ਭਰਾਵਾਂ ਨੂੰ ਬਲੌਗ ਦਿਖਾਉਂਦਾ ਇਹ ਪਾਣੀ ਹੈ ਜੀ ਨਹਿਰ ਦਾ ਪਾਣੀ ਪਾਕ ਸਮੁੰਦਰਾਂ ਦੇ ਇਹ ਕਹਿੰਦਾ ਸਾਥ ਤੇਰਾ ਦੋ ਦਿਨ ਦਾ ਮੇਣੇ ਸਾਰੀਆਂ ਉਮਰਾਂ ਦੇ ਪਾਣੀ ਪਾਕ ਸਮੁੰਦਰਾਂ ਦੇ ਸਾਥ ਤੇਰਾ ਦੋ ਦਿਨ ਦਾ ਮੇਣੇ ਸਾਰੀਆਂ ਉਮਰਾਂ ਦੇ ਤਾਂ ਕੋਈ ਗੱਲ ਨਹੀਂ ਇਹ ਪਾਣੀ ਠੰਡਾ ਵੀ ਬਹੁਤ ਗਿੱਲਾ ਬਹੁਤ ਹੈ ਜੀ ਮੈਂ ਇਹਨੂੰ ਛੱਡਦਾ ਪਿਆ ਮਾਸ਼ਾਅੱਲਾ ਜੀ ਅੱਲਾ ਪਾਕ ਖੈਰ ਕਰੇ ਆ ਗਿਆ ਜੀ ਗ੍ਰੇਡ ਦਾ ਫਰੂਟ ਮਾਸ਼ਾਅੱਲਾ ਕਿਉਂਕਿ ਉੱਧਰ ਸਾਡੇ ਪਾਸੇ ਤਾਂ ਕੋਈ ਖਤਮ ਆ ਦੇਖ ਸਕਦੇ ਮੇਰੇ ਭੈਣ ਭਰਾ ਕਿਵੇਂ ਗੁੱਛੇ ਲੱਗੇ ਹੋਏ ਅਲਹਮਦੁਲਿਲਾ ਤੇ ਅੱਲਾ ਪਾਕ ਨੇ ਲਾਏ ਆ ਮਾਸ਼ਾਅੱਲਾ ਇਹ ਉਹਦੀ ਕੁਦਰਤ ਆ ਉਹਦੀਆਂ ਮਿਹਰਬਾਨੀਆਂ ਵਾ ਉਹਦੀਆਂ ਕਰਮ ਨਵਾਜ਼ੀਆਂ ਕਿ ਅੱਲਾ ਪਾਕ ਨੇ ਸਾਨੂੰ ਕੀ ਨੇਮਤਾਂ ਅਤਾ ਕੀਤੀਆਂ ਅਸੀਂ ਨਿਸਾਨ ਹੈਗੇ ਨਾ ਸ਼ੁਕਰੇ ਅਸੀਂ ਕਦੀ ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ ਜਿੰਨਾ ਕਰੀਏ ਓਨਾ ਹੀ ਥੋੜ੍ਹਾ ਮੈਂ ਤੁਹਾਨੂੰ ਹੋਰ ਗੁੱਛਾ ਵਿਖਾਉਣਾ ਆਪਣੇ ਭੈਣ ਭਰਾ ਨੂੰ ਆਹ ਦੇਖ ਸਕਦੇ ਹੋ ਉਹ ਮਾਸ਼ਾਅੱਲਾ ਇੱਕ ਗਿਰ ਗਿਆ 1 2 3 4 ਅਤੇ ਆਹ 5 3 ਦੇ ਨਾਂ ਦੇ ਲੱਗੇ ਆ ਅਤੇ ਇੱਕ ਜਿਹੜਾ 6ਵਾਂ ਸੀ ਉਹ ਖਰਾਬ ਸੀ ਉਹ ਗਿਰ ਗਿਆ ਅੱਲਾ ਪਾਕ ਖੈਰ ਕਰੇ ਇਸ ਤਰ੍ਹਾਂ ਹੀ ਸਾਰੇ ਵੈਸੇ ਹੀ ਗੁੱਛੇ ਹੀ ਲੱਗੇ ਇਸ ਬੂਟੇ ਨੂੰ ਗੁੱਛੇ ਲੱਗੇ ਹੋਏ ਅਲਹਮਦੁਲਿਲਾ ਹਾਂਜੀ ਇਹ ਬਾਗ ਸਾਡਾ ਨਹੀਂ ਹੈ ਮਗਰ ਸਾਡੇ ਚੱਕ ਦੇ ਚੌਰੀ ਆ ਉਹਨਾਂ ਦਾ ਬਾਗ ਆ ਮਾਸ਼ਾਅੱਲਾ ਇਹ ਦੇਖੋ ਨਾ ਮੇਰੇ ਭੈਣ ਭਰਾ ਮੈਂ ਦਿਖਾਉਣਾ ਕੰਡੇ ਵੀ ਬਹੁਤ ਲੱਗਦੇ ਆ ਬਾਹਰਹਾਲ ਇਹ ਆਪਣੇ ਭੈਣ ਭਰਾਵਾਂ ਵਾਸਤੇ ਨਿਜ਼ਾਮ ਆ ਜੀ ਇਹ ਦੇਖੋ ਮੇਰੇ ਭੈਣ ਭਰਾ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਇਸ ਬੂਟੇ ਦਾ ਹੌਸਲਾ ਕਿ ਇੰਨਾ ਵਜ਼ਨ ਚੱਕ ਕੇ ਜੀ ਤੋਂ ਖੜਾ ਹੋਇਆ ਜੀ ਬਿਲਕੁਲ ਤੇ ਆਹ ਹੈਗੇ ਮਸੰਮੀ ਜੀ ਮਸੰਮੀ ਜੀ ਇਹ ਮਸੰਮੀ ਆ ਮਾਸ਼ਾਅੱਲਾ ਅਲਹਮਦੁਲਿਲਾ ਅਲਹਮਦੁਲਿਲਾ ਉਧਰ ਵੀ ਮਸੰਮੀ ਲੱਗਾ ਅਗਲੇ ਪਾਸੇ ਵੀ ਉਧਰ ਮਸੰਮੀ ਦਿਖਾਉਣਾ ਬਹੁਤ ਲੱਗਾ ਹੋਇਆ ਉਹਨਾਂ ਦਾ ਬਾਗ ਅੱਲਾ ਖੈਰ ਕਰੇ ਤੇ ਮਾਸ਼ਾਅੱਲਾ ਦੇਖੋ ਖਾ ਨਿੱਕਾ ਜਿਹਾ ਬੂਟਾ ਵਾ ਜਿਹਨੂੰ ਅੱਲਾ ਦੇਵੇ ਕਹਿੰਦੇ ਆ ਨਾ ਰੱਬ ਦੇਵੇ ਹਾਂਜੀ ਰੱਬ ਦੇਵੇ ਬਸ ਜੀ ਬਿਲਕੁਲ ਸ਼ੁਕਰ ਕਰੋ ਜਿੰਨਾ ਅਦਾ ਹੁੰਦਾ ਅੱਲਾ ਪਾਕ ਦੀ ਜ਼ਾਤ ਦਾ ਕਿ ਅੱਲਾ ਪਾਕ ਸਾਨੂੰ ਜ਼ਿੰਦਗੀ ਦਿੱਤੀ ਅੱਲਾ ਪਾਕ ਸਾਨੂੰ ਖੁਸ਼ੀਆਂ ਨਸੀਬ ਕਰੀ ਅੱਲਾ ਪਾਕ ਸਾਨੂੰ ਆਪਣੇ ਮਾਂ ਬਾਪ ਭੈਣ ਭਰਾਵਾਂ ਦਾ ਆਪਣੇ ਮਾਂ ਬਾਪ ਦਾ ਫਰਮਾਦਾਰ ਬਣਾਈ ਔਰ ਮਾਂ ਭੈਣ ਭਰਾਵਾਂ ਨਾਲ ਰਲ ਕੇ ਬਹਿਣ ਦੀ ਤੁਰਨ ਦੀ ਤੌਫੀਕ ਦੇ ਆਮੀਨ ਆਮੀਨ ਬਾਕੀ ਜ਼ਿੰਦਗੀ ਤੇ ਕਹਿੰਦਾ ਨਾ
टाली सुक वैसी पता नहीं जिंदगी का कड़े मोड़ ते मुक वैसी जिंदगी का कोई इतबार नहीं। हाँ जी। मगर चार दिन की जिंदगी हस खेड के भैन भरावान खुशियां नाल हंडाओ अल्लाह पाक ने दित्ती है ते बाकी दौलत शोहरत जिंदगी मौत मेरे अल्लाह के हथ वास्ता गुरबत अमीरत ये मेरे अल्लाह के हथ वास्ता जिन्हों देवे जिन्हों चाहे मगर मैं ब्लॉग बनाना सिर्फ अपने भैन भरावान खुशी वास्ते खाने वास्ते और ब्लॉग मैं घर भी बह के बना सकता क्योंकि सर्दी बहुत ज़्यादा बहरहाल मैं सर्दी सुर्दी नहीं वेखता तो इंशाल्लाह अपने भैनों भैन भरावान ब्लॉक दिखाने वास्ते अपना बाहर निकलदा फसलों के जमीन के नहर से सिर्फ अपना ब्लॉक तैयार करदा कादे वास्ते करदा अपने पेट वास्ते अपने बच्चों वास्ते कि मेरी वीडियो चले मेरी वीडियो वाच होवे अलहमदुल्ला मेरा कादे हर कोई हर जिन्हें जिन्हें चैनल बनाया यूट्यूब चैनल बनाया अपने पेट वास्ते बनाया किसी से कोई सहान नहीं किया मैं बनाया तो मैं अपने अपने वास्ते बनाया मैं किसी को सहान नहीं किया तो शुक्रिया उन्होंने भैन भरावान का जो साढ़े चाहत प्यार करते हैं और साड़ी वीडियो वाच करते हैं चलाते हैं वेखते हैं बहुत बहुत शुक्रिया उन्होंने तमाम यूट्यूब फैमिल वेखने वाली सरूर ये आ गए सी गाजर के भाइयों ने बीजिया तो मैं क्या भी अपने भैन भरा गाजर भी शेयर करा गाजर कि निकल दी पट के खोना दो हाँ जी हाँ जी कि माशाला माशाला देखते हैं जी कि गाजर भावे तो जिमीदार लड़पण अपने ना नहीं लड़दे अल्हम्दुलिल्लाह अल्लाह पाक तंदुरुस्त अल्लाह खैर करे अल्लाह खैर करे इन्नी के बनी कोई टेंशन नहीं ऐसी क्योंकि इलाके भी गैर च फिरते पए हैं जी। हां जी असि अपना अपने इलाके च नहीं हैगे। हां जी बिस्मिल्लाह दी बरकत आ जा भी गाजरे आ जा भी आ जा आ जा आ जा आ जा माशाल्लाह जी माशाल्लाह देख सकते मेरे भैन भाई। हां जी रेत है ना रेत ते गाजर हमेशा ही माशाल्लाह हुंदी अल्लाह पाक खैर करे अल्लाह खैर करे माशाल्लाह कितनी खूबसूरत निकलियां ये जी गाजर माशाल्लाह माशाल्लाह इधर टूट गई तो माशाल्लाह आ देख सकते हो बहुत प्यारी खूबसूरत गाजर ये जी गाजर एदा सालन भी बनता। हाँ जी एदा जूस भी बनता। हाँ जी वैसे जूस वाली मशीन होनी चाहिए एहो जी गाजर की। हाँ जी ते जूस पी खून पैदा होंगे। हाँ जी हाँ मेरे भैन भरा मेरे तरह कमजोर है जूस पीन गाजर का खून पैदा कर इंशाल्लाह देखो खरे दे विच अल्लाह पाक दे निजाम अल्लाह पाक दी कुदरत है ये ओदा कृष्णा जी कुदरत ओदी देखो यही जमीन सानू खाण नू दिंदी यही जमीन सानू एंड ते यानी कि जमीन अल्लाह दी आ ते इन्ने सानू ऐसी ऐसी नेमतां अता कर दित्तियां कि असी सोच भी नहीं सकदे असी ओदा जिन्ना 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 शुक्र अदा करिए असी उन्ना ही थोड़ा उन्ना ही थोड़ा अल्हम्दुलिल्लाह अल्लाह पाक दी जात दा उन्ना ही थोड़ा ते अल्हम्दुलिल्लाह। हां जी अल्लाह पाक खुश रखे अल्लाह पाक आबाद रखे अल्लाह पाक सारे साडे तमाम यूट्यूब भाई वेख भैन तंदुरुस्ती देवे ते गाजरां माशाल्लाह मैं दिखा रहे हैं पाटक हुण चलदे हैं अगे। हाँ जी माशाल्लाह देखो छेजा कैसा प्यारा खूबसूरत हाँ जानवरां दे भी खाण वाला छेजा हाँ ना क्योंकि एदियां गाजरां तो छेजा वढ लैणगी दाती ना वढ के वह अपने वाल दे पट्ठे च पाउणगे। हाँ जी हाँ जिहड़ी गाजर आ इहनूं लै जाणगे इह ते मेहनत बहुत आ। हाँ जी इहनूं धोणा इहदी छिलाई करनी धोणगे जी धो के साफ करनगे इत्थों कट देणगे इंज करके कटी गई इत्थों छेजा ला लैणगे छुरी नाल साफ कर देणगे साफ करके ऐ बिल्कुल ला के मूँह ला के फिर इहदा बणूगा रेट। हाँ जी ये थैले बजाने ना पे गट्टू वीके 1500 दा गट्टू वीके 2000 दा गट्टू वीके ये अगो जिमीदारां दा मुकद्दर जी मुकद्दर भैन भरा दा मुकद्दर। हाँ जी किसी को क्या मिला जे तो मुकद्दर की बात है ते गल मुकद्दरां ते मुक जांदी आण के ते मगर थोड़ी कोशिश सानू करनी चाहिदी है। हाँ जी कल्ले मुकद्दर भी कुछ नहीं करदे हाथ भी हिलाना चाहिदा ना हाथ भी हिलाना चाहिदा। हाँ जी अपनी रोजी वास्ते इंसान किते दी किते पहुंच जांदा है। वाह जी बहुत चाई ते हटके जाना पैंदा तां माशाल्लाह खंभा देख रहे आ वा बिजली जी बिलकुल बिलकुल देखो ना आ खंबा फसल दे विच खड़ा इथों पानी भी लंघदा लेकिन ओदियां ओही जाने सोना नहीं तो ये जिहड़ियां लोहे दे चीज़ां वा बड़ियां औखियां पानी तो तैयार करना पैंदा ना। अल्लाह खैर करे ब्लॉक तैयार करते करते फिरते फिरते असी एक आ गए नहर दे उत्ते इहनूं कहिंदे आ दासू नहर दा इह सेंटर दे विच असी खड़े आ इह छोटी जी पुली आ देखो ना माशाल्लाह इह बिलकुल छोटी जी पुली आ इधर भी पानी आ इधर भी पानी आ ते बुझाले पुली
ख्याल ना भी ख्याल ना ख्याल ना। हाँ जी हाँ जी बिल्कुल बिल्कुल जा रही है नहर। हाँ जी माशाल्लाह पानी की इस तरह आ रहा है देखो केड़े उस साइड तो चक्कींदा पानी तो माशाल्लाह 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 इन्नी बड़ी नहर आ भी इस साइड ते जाके दा कित्थे तक मुकदा। हाँ जी हाँ जी एक नाल डेढ़ दे विच चढ़ाई है चा नहर। हाँ जी तो इस साइड ते भी रस्ता हैगा उस साइड ते भी रस्ता हैगा माशाल्लाह। ये नहर जा रही जी हाँ जी हाँ जी हाँ जी ट्रैक्टर रस्तियां ते आ रहे जा रहे फसल लद लद लोग ले आते कोई खादा लद के ले आते जिमीदार। हाँ जी अल्लाह खैर करूगा असी तो आप अपनी कणक नू खाद पानी सी लेकिन कोई सर्दी नहीं थोड़ा जहा हाथ सीधा होने दें सर्दी बहुत ज्यादा हुई पई। अल्लाह खैर करे अल्लाह वक्त तंदुरुस्ती देवे साडी उस भैन नू भी वेखण वाली नू नहर देते खलो के दुआ कर रहे ठंडे ठंडे पानी देते कि साडी भैन रब सेहत देवे तंदुरुस्ती देवे हमेशा मदीने वाले दी ज़ियारत करावे अल्लाह पाक ते दुआवां कहिंदे कि जिहदा खाइए उहदा गाइए जी बिल्कुल बिल्कुल भी उहदा चाहीदा जिहड़ा खाजे दा खाइए। अलहमदुलिल्लाह शुक्र अल्लाह पाक दी ज़ात दा मदीने वाले सदका अल्लाह पाक सानूं दे रिहा है और साडी उस भैणां नूं तंदुरुस्ती देवे बहुत ज़्यादा ज़्यादा तंदुरुस्ती देवे सेहत देवे अल्लाह पाक सब नूं देवे अलहमदुलिल्लाह। तमाम यूट्यूब फैमिली वेखणा ते कहिंदा ना नहर दे उत्ते खलोते आ कहिंदा नहरां दा पाणी है उहदे उत्तों वार देवां जिंद उंजे वी तां जाणी है ते नहर ते अल्लाह खैर करे पाणी पाणी आ। हाँ जी बाकी अगर रिश्ते भैन भरा माँ बाप भैन भाई सब अल्लाह खैर करे सारे तंदुरुस्ती देवे तो माशाल्लाह गड्डी के ट्रैक्टर भी आ रहा लोड होके गंदम का। हाँ जी अल्लाह खैर करे अल्लाह खैर करे ट्रक भी आ रहा भाई अल्लाह खैर करे परदेसी जा रहे ने आपो अपनी मंजिल ते अल्लाह पाक इन्हां नूं अपने अपने मंजिल ते मकसूद ते खैरी खैरी पहुंचावे गंदम लोड करके जा रहा जी अल्लाह खैर पानी डुबना विच इधर जंगल आ जी सफेदा लगा माशाल्लाह बहुत बड़ा बड़ा जंगल आ गया जी इन्हू कहिंदे जंगल। हाँ जी वह बकरियां दा इज्जत भी चढ़दा पिया माशाल्लाह जंगलात दा रस्ता ये तो असी जा रहे हैं अल्लाह खैर करे ये सारा ही जंगलात ही जंगलात है उहदे विच दी डंडी जा रही है सोविया दे अबू जी ने नवे नवे राह लभे हुए है माशाल्लाह राह वेख राह पाई फिरदा वा अलहमदुलिल्लाह अल्लाह खैर करे चलो कदी तो मंजिल मकसूद ते लाऊगा ही ना जंगलां दे विच शामा पईयां ढोल ढडेंदी वधियां। हां जंगलां दे विच शामा जो पै गईयां तो हुण की करिए फिर। हां जी कदी तो रस्ता लभूगा ही ना ਇਹ ਹੈਗਾ ਧਨੀਆ। ਹਾਂ ਜੀ ਉਹ ਹੈਗਾ ਧਨੀਆ ਸੌਂਫ ਆ ਮਾਸ਼ਾਅੱਲਾ ਫਿਰ ਅੱਗੇ ਗਾਜਰਾਂ ਆ ਗਈਆਂ ਅੱਗੇ ਮਾਸ਼ਾਅੱਲਾ ਬਲੂ ਆ ਗਏ। ਹਾਂ ਜੀ ਅੱਗੇ ਸ਼ਲਜਮ ਅੱਗੇ ਮੇਥੀ ਮਾਸ਼ਾਅੱਲਾ ਸਬਜੀ ਤਾਂ ਬਈ ਸਾਰੀ ਬੀਜੀ। ਹਾਂ ਜੀ ਚਾਹ ਵੀ ਲਈ ਆ ਪੀ ਅਲਹਮਦੁਲਿਲਾ ਅਲਹਮਦੁਲਿਲਾ ਠੀਕ ਹੈ ਤੇ ਹੁਣ ਚੱਲਦੇ ਆ ਘਰ ਨੂੰ ਇਹ ਹੈਗਾ ਸੂਰਜਮੁਖੀ ਦਾ ਬੂਟਾ ਮਾਸ਼ਾਅੱਲਾ ਆ ਹੈਗੇ ਆ ਮੂੰਗਰੇ ਤੇ ਸਿੰਗਰੇ। ਹਾਂ ਜੀ ਮੂੰਗਰੇ ਤੇ ਸਿੰਗਰੇ ਇਹ ਹੈਗਾ ਸ਼ਹਿਰ ਦਾ ਇਲਾਕਾ ਜੀ ਜੀ ਤੇ ਇਹ ਜਿਨ੍ਹਾਂ ਇਹਨਾਂ ਫਸਲਾਂ 'ਚ ਬੀਜੀਆਂ ਵਿੱਚ ਕਾਫੀ ਜਗ੍ਹਾ ਪਈਆਂ ਹਜੇ ਵਿੱਚ ਨਾਲ। ਹਾਂ ਜੀ ਹਾਂ ਜੀ ਤੇ अल्लाह खैर करे। हाँ जी नाले सानू तोहफा लब्भा वा नाले इक तुहानू तोहफा विखाने अपने भैन भरावां नू। आ देखो खा जी की फलाने हरनी दा बच्चा। हाँ हरनी दा बच्चा भी ते हरनी भी। हाँ जी ए उस नहर वे रुड़े जांदे फड़े असीं। हाँ जी बिल्कुल माशाल्लाह वेखो हरनी वेखो कैसी तरह उहने अपना बच्चा अपने अगे रख्या आ माशाल्लाह उहदी क्या ही कुदरत बंदे फड़ ही नहीं सकते देखो मैं बच्चा भी फड़ लिया मैं हरन भी फड़ लिया नहर जुड़े जांदा फड़िया। हाँ जी बिल्कुल इस तरह ही अल्लाह खैर करे। तो लेने जी इजाज़त भैन भरावों को ब्लॉक लंबा हो रहा मिलेंगे नैक्सट वीडियो में अपना बहुत बहुत ज़्यादा ख्याल रखियो अल्लाह सोने के हवाले रब रख।